71 ਸੋਨਾ ਤੇ 2100 ਪੱਕਾ ਹੀ ਗੱਲ ਪੱਕੀ ਆ ਪਰ ਸਾਹਮਣੇ ਉਧਰਲੇ ਪਾਸੇ ਸੱਟਾ ਉਹ ਕਹਿੰਦੇ ਦੂਸਰਾ ਜਿਹੜਾ ਦੂਜਾ ਸੈਮੀ ਹੈਗਾ ਵੀਰੇ ਬਠਿੰਡੇ ਦਾ ਤੇ ਮਿੱਤਰੋ ਉਹਨਾਂ ਦਾ ਤਲਵੰਡੀ ਸਾਹਿਬ ਦਾ ਕੀ ਕਰੂਗਾ ਜਾਂ ਫਿਰ ਨੰਬਰ ਕਹਿੰਦੇ 3 ਲੱਗਦਾ ਹੈ ਲਾਵੀ ਪਾਜੀ ਯਾਦ ਕਰੋ ਅੰਡਰ ਦਾ ਮੇਲਾ ਵੀ ਭਣਿਆਰੀ ਵਾਲੇ ਬਾਗੜੀ ਨਾਲ ਮੈਚ ਲੱਗਿਆ ਸੀਗਾ ਤੇ ਅੱਜ ਮਿੱਤਰੋ ਕਹਿੰਦੇ ਉਹੀ ਪਿੰਡ ਤੇ ਉਹੀ ਥਾਂ ਜੇ ਬਦਲਾ ਲਵੇ ਨਾ ਗੱਲ ਫੇਰ ਬੰਦੀ ਹੈ ਵੀ ਜੇ ਨਾ ਡੋਗਰ ਮਾਰਿਆ ਤੇ ਮੋੜਾ ਰਹਿਣਾ ਨੱਕ ਨਹੀਂ ਹੈ ਜਾਂ ਦੁਨੀਆ ਦੇ ਜੋੜਦਾ ਵੀ ਫਿਰ ਸਾਡਾ ਹੱਕ ਨਹੀਂ ਹੈ ਤੇ ਲੋਕੀ ਕਰਨਗੇ ਟੀਚਰਾਂ ਵੀ ਜੇ ਨਾ ਪਾਰ ਬੁਲਾਇਆ ਤੇ ਬਦਲਾ ਲੈ ਲਾ ਜੋੜਿਆ ਵੀ ਪਾਦਾ ਜਾਇਆ ਸਾਹਮਣੇ 3 ਤੇ ਲਵਲੀ ਟੱਕਰ ਹੈ ਤੇ ਬਾਲ ਮਿੱਤਰ ਕਹਿੰਦੇ ਆਊਟ ਹੋ ਗਿਆ 0-3 ਸਰਵੀ ਚੇਂਜ ਹੈ ਪਹਿਲਾ ਸੈਮੀ ਫਾਈਨਲ ਮੈਚ ਵਧੀਆ ਵਧੀਆ ਜਾ ਰਿਹਾ ਆਓ ਮਿੱਤਰੋ ਕਹਿੰਦੇ ਖੇਡ ਦੇ ਮੈਦਾਨ ਦੇ ਵਿੱਚ खाता नहीं खोलिया पहले सैमी फाइनल मैच की तगड़ी जिहड़ी शुरुआत आओ मित्रों कहिंदे खेड़दे मैदान दे विच होई आ इह पाजी आ जिहड़े कहिंदे हुण धप्पण पाया सर्वी जिहड़ी चेंज कराई आ मित्रों वी ढलदियां यारियां रातां ते सुबह होण ते आईआं वी हां हां वधिया वधिया सूरज तूं दस किवें आ आओ टीमां करी जान चढ़ाईआं ते कहिण टीमां दे प्लेयर वी लाओ ना देर ते जित वाले झंडे देणे गल मित्रा लोकी ਕੰਮ ਕਾਰ ਬੈਠੇ ਸਾਰੇ ਛੱਡ ਮਿੱਤਰਾ ਆਓ ਲੋਕੀ ਕੰਮ ਕਾਰ ਬੈਠੇ ਸਾਰੇ ਛੱਡ ਮਿੱਤਰਾ ਪਹਿਲੇ ਸੈਮੀ ਫਾਈਨਲ ਦੀ ਟੱਕਰ ਹੈ ਤੇ ਪਹਿਲਾ ਨੰਬਰ ਸਿੰਧਿਆ ਲਗਾਤਾਰ ਮਿੱਤਰਾ ਤੀਸਰੀ ਚੌਥੀ ਹੈ ਇਹ ਮੈਂ ਨਹੀਂ ਤੇਰੇ ਪਿੰਡ ਵਾਲੇ ਗਿਣੀ ਆਉਂਦੇ ਆ ਤੇ ਇਹਨਾਂ ਨੇ ਮੈਡਲ ਪਵਾ ਦੇਣੇ ਆ ਇਹ ਗੱਲ ਵੀ ਪੱਕੀ ਆ ਤਗੜਾ ਹੋ ਕੇ ਖੇਡਣਾ ਪੈਣਾ ਵੀ ਇਹਨਾਂ ਨੇ ਪੰਜਾਬ ਦੀਆਂ ਟੀਮਾਂ ਤਾਂ ਬਤਾਈ ਸੀ ਬਠਿੰਡੇ ਟੀਮ ਸਾਹਮਣੇ ਬੰਗੀ ਵਾਲਾ ਗੋਪੀ ਖੇਡਦਾ ਤਲਵੰਡੀ ਸਾਬੋ ਚ ਉਹਨਾਂ ਦਾ ਸੈਮੀ ਆ 8 ਹਰਿਆਣੇ ਦੀਆਂ ਟੀਮਾਂ ਦਾ 8 ਸੈਮੀ ਬੱਲੇ ਵਾਲੇ ਦਾ ਤੇ ਭਨੇਰੀ ਬਾਗੜੀ ਦਾ ਨਵੀਂ ਸਰਾਣੀ ਓਕੇ ਤੇ ਡਿੱਪਾ ਨਹੀਂ ਯਾਰ ਡੱਬਾ ਹੁੰਦਾ ਤੇ ਖੜਕੀ ਨਹੀਂ ਹੁੰਦੀ ਮੱਖਣਾ ਵੀ ਸਾਡੇ ਤਾਕੀ ਹੁੰਦੀ ਆ ਤੇ ਸਾਨੂੰ ਬਾਹੂ ਦਾ ਨਹੀਂ ਪਤਾ ਵੀ ਸਾਡੇ ਬਾਟੀ ਹੁੰਦੀ ਆ ਤੇ ਛਲਾਂਗ ਨਹੀਂ ਹੁੰਦੀ ਆਓ ਛਾਲ ਹੁੰਦੀ ਆ ਤੇ ਪੰਜਾਬੀ ਵਿੱਚ ਗਾਲੀ ਨਹੀਂ ਮਿੱਤਰੋ ਗਾਲ ਹੁੰਦੀ ਆ ਤੇ ਰੱਸੀ ਨਹੀਂ ਸਾਡੇ ਸਿਰ ਤੇ ਕਹਿੰਦੇ ਆ ਉਹ ਭੱਲੇ ਭੱਲੇ ਚੱਲ ਪਿਆ ਗਾ ਮਾਂ ਪਾਚੀ ਪਾਚੀ ਫੌਜੀ ਰੇਕੂ ਇੰਤਜ਼ਾਰ ਕਰਨਾ ਆਊਟ ਬਾ ਸਾਹਮਣੇ ਬਾਲ ਕਹਿੰਦੇ ਆਊਟ ਹੋ ਗਈ ਲਾਡੀ ਯਾਰ ਕਹਿੰਦਾ ਖੇਡਿਆ ਸੀ ਪੁੱਟੀਆਂ ਚ ਹਾਰ ਕੇ ਪਤਾ ਤੈਨੂੰ ਬਠਿੰਡੇ ਵਰਾਈਟੀ ਨੂੰ ਫੌਜੀ ਬਾਗੜੀ ਕਮਲ ਸਿੰਘ ਬਣਿਆਰੀ ਵਾਲੇ ਨਾਲ ਇਹ ਲੋਕੀ ਗੱਲਾਂ ਕਰਦੇ ਆ ਵੀ ਫੌਜੀ ਬਾਗੜੀ ਆ ਸਾਰਾ ਸਾਰਾ ਟੂਰਨਾਮੈਂਟ ਖੇਡ ਜਾਂਦਾ ਉਹ ਗਲਤੀਆਂ ਘੱਟ ਹੀ ਕਰਦਾ ਪਰ ਸਾਹਮਣੇ ਆਓ ਕਹਿੰਦੇ ਬਾਲ ਜਿਹੜੀ ਮਿੱਤਰ ਰਾਈਟ ਹੈ ਮੇਰੇ ਹਿਸਾਬ ਨਾਲ ਇੱਕ ਹੋ ਗਿਆ ਨਾ ਬਈ ਚੇਂਜ ਹੀ ਆ ਲਾਵੀ ਮਿਸਤਰੀਆ ਠੰਡਾ ਜਿਹਾ ਹੋ ਕੇ ਖੜ ਗਿਆ ਹੁਣ ਦੱਸ ਕੌਣ ਜਿੱਤ ਕਿਹੜੀ ਟੀਮ ਜਿੱਤੋਗੀ ਆ ਬਾਜੀ ਜਿੱਤਣਾ ਲਾ ਫਿਰ ਕਿਸ ਸਕੀਮ
ਦਿਨਾਂ ਚ ਕੋਈ ਵੀ ਰਾਜਪਾਲ ਨੂੰ ਸੁਣਦਾ ਨਹੀਂ ਹੈ। ਉਧਰ ਸਾਡਾ ਵੀਰ ਕਹਿੰਦਾ ਮਿਸਤਰੀ ਵੀ ਭਾਵਾਂ ਪਾਚੀ ਵਾਲ ਲਾ ਦੇ, ਭਾਵਾਂ ਰਿੰਕੂ ਲਾ ਦੇ ਤੇ ਭਾਵਾਂ ਲਾ ਦੇ ਸ਼ਕਤੀ ਰਾਜਪਾਲ ਤੇ। ਜੇ ਰਾਜਪਾਲ ਤੋਂ ਨੰਬਰ ਲੈਂਦੇ ਆ ਵੀ ਆਪਾਂ ਇੱਕ 100 ਦੇ ਦਿਆਂਗੇ। ਆਓ ਸਾਡਾ ਵੀਰ ਕਹਿੰਦਾ ਧਰਮਪਾਲ ਮਿਸਤਰੀ ਵੀ ਤਿੰਨਾਂ ਚ ਕੋਈ ਵੀ ਖਿਡਾਰੀ ਆ ਜੇ ਰਾਜਪਾਲ ਦੇ ਵਾਲ ਲਾ ਦੇ ਤੇ ਆਪਾਂ ਲੈ ਵੀ ਛਿੰਦਿਆ ਅੱਧਾ ਪਿੰਡ ਆਇਆ ਬੈਠਾ ਤੇ ਅੱਧਾ ਲਾਈਨ ਤੱਕੀ ਜਾਂਦਾ ਤੇ ਉਧਰ ਯਾਰ ਮਿੱਤਰ ਆਸਟ੍ਰੇਲੀਆ ਵਾਲੇ ਦੁਬਈ ਵਾਲੇ ਉਹ ਵੀ ਮੈਚ ਦੇਖੀ ਜਾਂਦੇ ਆ ਤੇ ਪਿਆਰ ਬੜਾ ਕਰਦੇ ਆ ਤੇ ਮਿੱਤਰਾਂ ਮੇਲਾ ਪਿੰਡ ਦਾ ਤੇ ਕਹਦੇ ਰਿੰਕੂ ਨੂੰ ਵੀ ਜ਼ੋਰ ਲਾਉਣਾ ਪੈਣਾ ਤੇ ਕੱਲਾ ਜ਼ੋਰ ਨਹੀਂ ਦਿਮਾਗ ਦਾ ਵੀ ਤਾਲਮੇਲ ਬਣਾਉਣਾ ਪੈਣਾ ਵੀ ਕੁਰਸੀ ਫੱਟੀਆਂ ਨਾ ਜਾਣ ਕਦੇ ਯਾਰੀਆਂ ਵੀ ਆਪਣੇ ਵੀ ਕਈ ਵਾਰੀ ਕਰ ਜਾਂਦੇ ਵਾਲੀਆਂ ਲਓ ਸਾਹਮਣੇ ਸੋਚਾਂ ਦੇ ਵਿਚਾਰਾਂ ਦੇ ਵਿੱਚ ਹੈ ਤਿਆਰੀ ਲਿਆਉਂਦਾ ਸੀ ਇਹਦਾ ਤੇਰਾ ਮੂਲਾ ਚੰਗਾ ਨਹੀਂ ਤੇ ਤੈਨੂੰ ਤਾਂ ਖੜਾ ਪੰਜ ਤੇ ਜ਼ੀਰੋ ਇਧਰ ਖਾਤਾ ਨਹੀਂ ਖੁੱਲਿਆ ਹੱਲੇ ਉਧਰ ਪੰਜ ਬਣ ਗਿਆ ਲੈ ਵੀ ਸ਼ਕਤੀ ਸਕੀਮਾਂ ਜਿਹੜੀਆਂ ਧਰਮਪਾਲ ਨੇ ਆਓ ਜਿਹੜੀਆਂ ਲਾ ਦਿੱਤੀਆਂ ਦੇ ਹੁਣ ਸਕੀਮਾਂ ਜਿਹੜੀਆਂ ਪਾਸ ਕਰਨੀਆਂ ਪੈਣੀਆਂ ਵੀ ਗੱਲ ਪੱਕੀ ਹੈ ਇੱਕ 100 ਦਾ ਨੋਟ ਹੋਣਾ ਹੈ ਜੇ ਬਾਗੜੀ ਤੋਂ ਨੰਬਰ ਲਿਆ ਤੇ ਫਿਰ 100 ਦਾ ਨੋਟ ਹੋਣਾ ਹੈ ਲਓ ਸਾਹਮਣੇ ਖੇਡਦੇ ਮੈਦਾਨ ਅੰਦਰ ਮੈਚ ਬੜਾ ਤਕੜਾ ਹੈ ਇਹ ਖੇਡ ਦਾ ਮੈਦਾਨ ਭਾਵੇਂ ਜੰਗ ਦਾ ਮੈਦਾਨ ਆਓ ਰਾਜੇ ਖੇਲੋ ਤਲੀ ਤੇ ਟਕਾਉਣੀ ਪੈਂਦੀ ਜਾਨ ਆਓ ਕਿੱਲ ਕੱਢ ਕੇ ਯਾਰਾਂ ਨੇ ਚਿੰਬ ਕੱਢ ਕੇ ਆਓ ਕੀਤੀ ਠੋਕ ਕੇ ਤਸੱਲੀ ਵਾਲੀ ਝੰਡ ਮਿੱਤਰੋ ਤੇ ਰਾਜੇ ਖੇਲੇ ਅੱਜ ਦਾ ਵੀ ਸਿਰਾ ਹੋ ਗਿਆ ਅੱਜ ਝੜਦੀ ਸਰੀਰਾਂ ਵਾਲੀ ਕੰਡ ਮਿੱਤਰੋ ਰਾਜੇ ਖੇਲੇ ਅੱਜ ਦਾ ਵੀ ਸਿਰਾ ਹੋ ਗਿਆ ਤੇ ਅੱਜ ਝੜਦੀ ਸਰੀਰਾਂ ਵਾਲੀ ਕੰਡ ਮਿੱਤਰੋ ਲੈ ਵੀ ਸ਼ਕਤੀ ਤਿਆਰ ਹੋ ਜਾ ਤੇ ਸ਼ਿੰਦਿਆ ਉਹ ਗੱਲ ਨਾ ਬਣ ਜੇ ਅਸੀਂ ਸੋਚਿਆ ਅਸੀਂ ਸਾਡੇ ਘਰੇ ਆਉਣਗੇ ਸਾਡੀ ਕੁੱਲੀ ਚ ਜ਼ਰੂਰ ਫੇਰਾ ਪਾਉਣਗੇ ਤੇ ਅਸੀਂ ਕੱਚਾ ਦੁੱਧ ਰੱਖਿਆ ਸੀ ਕਾੜ ਕੇ ਤੇ ਸੱਜਣ ਗਵਾਂਢੋ ਮੁੜ ਗਏ ਅਸੀਂ ਚਾਦਰਾਂ ਵਿਛਾਉਂਦੇ ਰਹਿ ਗਏ ਝਾੜ ਕੇ ਤੇ ਸੱਜਣ ਗਵਾਂਢੋ ਮੁੜ ਗਏ ਲੈ ਵੀ ਸ਼ਿੰਦਿਆ ਜੇ ਕਿਤੇ 19 ਹੋ ਗਈ ਨਾ ਜਿਹੜੇ ਹਿਸਾਬ ਨਾਲ ਗਲਤੀਆਂ ਕਰੀ ਉਹਨਾਂ ਇਹਨਾਂ ਨੇ ਸਜ਼ਾ ਲਾਉਣੀ ਆ ਜਿੰਨੇ ਭਾਂਡੇ ਆ ਨਾ ਵਧੀਆ ਵਧੀਆ ਜੀ ਰਕੇਸ਼ ਜੀ ਬਣਿਆ ਇਕੱਲੇ ਨੂੰ ਇਹ ਸਜ਼ਾ ਲਾਉਣੀ ਹੈ ਤੇ ਡੀਜੇ ਵੀ ਨਹੀਂ ਪਵਾਉਣਾ ਇਹਨਾਂ ਨੇ ਇਹ ਵੀ ਇਕੱਲੇ ਨੇ ਸਾਂਭਣਾ ਪੈਣਾ ਹੈ ਪਰ ਸਭ ਨੇ ਗਲਤੀ ਮਿੱਤਰੋ ਕਹਿੰਦੇ ਵੱਡੀ ਕਰ ਗਿਆ ਤੇ ਹੁਣ ਮੈਨੂੰ ਲੱਗਦਾ ਮਿਸਤਰੀ ਕਹਿੰਦਾ ਪਾਚੀ ਨੂੰ 500 ਦੇ ਦਿਆਂਗੇ ਜਾਂ ਮੈਚ ਜਿਤਾਉਂਦਾ ਲਓ ਸਾਹਮਣੇ ਉਧਰ ਧਰਮਪਾਲ ਮਿਸਤਰੀ ਕਹਿੰਦਾ ਵੀ ਪਾਚੀ ਨੂੰ 500 ਦੇ ਦਿਆਂਗੇ ਜਾਂ ਮੈਚ ਜਿਤਾਉਂਦਾ ਤੇ ਗੱਲਾਂ ਬਾਤਾਂ ਜਿਹੜੀਆਂ ਆਓ ਮਿੱਤਰੋ ਲੱਗ ਜਾਣੀਆਂ ਟਿਕਾਣੇ ਵੀ ਕੁਰਸੀ ਬੰਨੀਆਂ ਨਾ ਜਾਣ ਕਦੇ ਯਾਰੀਆਂ ਤੇ ਆਪਣੇ ਵੀ ਕਈ ਵਾਰੀ ਉਹ ਕਰ ਜਾਂਦੇ ਮਾੜੀਆਂ ਤੇ ਦਿਨ ਵਿੱਚ ਹੁੰਦੇ ਆ ਭਰਾ ਜਿਹੜੇ ਬਣੇ ਵੀ ਰਾਤੋ ਰਾਤ ਹੁੰਦਾ ਏ ਮਾਹੌਲ ਚੇਂਜ ਨਹੀਂ ਹੈ ਤੇ ਧੱਕੇ ਖਾ ਕੇ ਪਤਾ ਲੱਗੇ ਆਓ ਦੁਨੀਆਦਾਰੀ ਦਾ ਵੀ ਬਦਾਮਾਂ ਨਾਲ ਹੁੰਦੇ ਨਹੀਂ ਆਓ ਰਾਜਸਥਾਨ ਦੀ ਟੀਮ ਨੇ ਸੁਖਾ ਮਾਨਪਰੇ ਕੋਈ ਟੀਮ ਨਹੀਂ ਖਾ ਕੇ ਰਾਜਪਾਲ ਤੇ ਵੀ ਸਕੀਮ ਜਿਹੜੀ ਸੇਮ ਹੀ ਹੈ ਜੇ ਰਿੰਕੂ ਦਾ ਨੰਬਰ ਲੈਂਦਾ ਰਾਜਪਾਲ ਬਾਲ ਜਿਹੜੀ ਗੁੱਟਾ ਦੇ ਖੜੀ ਕਰਵਾ ਦਿੰਦਾ ਤੇ ਫਿਰ 100 ਹੋਣਾ ਰਾਜਪਾਲ ਦੇ ਲਈ ਵਾਕਿਆ ਵੱਡੇ ਖਿਡਾਰੀਆਂ ਦੀ ਖੇਡ ਹੈ ਵੱਡੇ ਭਰਾ ਜਿਹੜੇ ਜੁੜੇ ਹੋਏ ਇਹਨਾਂ ਮੈਚਾਂ ਦੇ ਨਾਲ ਤੇ ਪ੍ਰਮੋਟ ਕਰਦੇ ਇਸ ਖੇਡ ਨੂੰ ਪਿਆਰ ਕਰਦੇ ਹੈ ਕਿ ਚੰਗੇ ਪ੍ਰਮੋਟਰਾਂ ਨੇ ਪਲੇਅਰਾਂ ਦੀ ਕਰਤੀ ਦੂਰ ਗਰੀਬੀ ਸਾਰੇ ਅਥੜੇ ਘੋੜੇ ਨੇ ਧੜੇ ਇੱਕ ਦੂਜੇ ਤੋਂ ਜਿੱਤੇ ਯਾਰਾਂ ਦੇ ਸੱਦੇ ਤੇ ਚੌਂਬਰ ਪਹੁੰਚੇ ਦੂਰੋਂ ਦੂਰ ਸਤਿਗੁਰੂ ਪਾਸੇ ਹੋ ਕੇ ਦੇਖ ਨਿਕਲੇ ਅੱਗ
बिना तंदूर और निकलती अग बिना तंदूर एन बिना तंदूर अग निकलन वाली गल हो पी है एन सारे के सारे आओ जे स्टार खेड रहे आप कह दिए कि बिजी शड्यूल विचों समा कढ के दर्शक ते खिलाड़ी आए वध चढ़ के पनिहारी आले पीसी वर्गा ने डिफेंस कोई ते मारदा है लत्ता शूटा गंड गंड के इस पासे बालक दे उस पासे जावे देख दे सारे अखा टड टड के तोड़ नहीं कोई जोर नाल बागरी नहीं यारी दा ते नेट ते लिया के खड़ा करता आओ अमन पनिहारी दा विद्या रिंकू मल्ले वाले दी शान बन गए पट्ठे वड़ते राजदीप आओ वड़े नाम बन गए पनिहारी वाला कंप्यूटर भी पुट्ठा है दिमाग दा असी भी नहीं घट किसे तो मणि बासिया पे डाकदा चमल ते विन्नी दोवे डिफेंस दे स्टार ने ते कट्टियां वाली दे मुंडे मगदे अंगार ने मार मार बल सुखू धूस कटदा ते नैट दा खिडारी समा चंडी करदा ते सिद्धू ने भी बत्ती बत्ती पार कीतियां नचदिया लोग मार मार सीटियां आउंदी कोई बाल ओ खड़ा फौजी डीकदा पावे कद छोटा नाम वड्डा प्रतीक दा ते जिथे चोटी दे खिडारियां दी गल चल पई नवी दी कलम भी उसे वल चल पे आओ नवी दी कलम उसे वल चल पे लो सामने चोटी दे खिडारी खेडदे वड्डे खिडारी खेडदे है पर पिंड वाले सोचां दे विच है भी हुण करिए ते करिए की जितया जावे ते किवें जितया जावे गलबात किवें बनाइए जहाज सेंटर दे विच है ते हुण जहाज ही उडारी जड़ी भरनी पैनी है उडारी जड़ी भरनी पैनी है आओ बाल जड़ी लाउणी पैनी है फिर जाके गल बननी है धर्मपाली पुजे हुए है ते वड्डे मान सन्मान लाउंदे है एंड गलबात टकाने लगनी है जे राजपाल रिंकू ने गोटा दे बाल खड़ा गया आओ सामने नंबर एक होर जोड़िया मुंडा अपनी टीम दे लई ਤੈਨ ਸੋਚਾਂ ਦੇ ਵਿਚਾਰਾਂ ਦੇ ਵਿੱਚ ਹੈ ਸਾਰਾ ਬੱਲੇ ਵਾਲਿਆ ਆਓ ਆਪਾਂ ਦੇਖਦੇ ਸੋਚਾਂ ਦੇ ਵਿਚਾਰਾਂ ਦੇ ਵਿੱਚ ਹੈ ਵੀ ਕਰੀਏ ਤੇ ਕਰੀਏ ਕੀ ਐਨ ਡੁੱਬਣਾ ਚੋਇਆ ਜਾਣਾ ਤੇ ਕਿਸੇ ਗੱਲ ਨਾਲ ਆਓ ਚੋਇਆ ਜਾਣਾ ਇਹ ਵੀ ਗੱਲ ਪੱਕੀ ਸਾਹਮਣੇ ਆਓ ਵਿੱਕੀ ਦੇ ਬਾਲ ਖੜੀ ਹੋ ਗਈ ਇਸ ਸਮੇਂ ਆਓ ਸੌਦਾ ਨੋਟ ਆ ਗਿਆ ਮੇਰੇ ਹਿਸਾਬ ਦੇ ਨਾਲ ਕਮਾਲ ਕਮਾਲ ਇਹ ਧਰਮਪਾਲ ਮਿਸਤਰੀ ਵਾਹ ਜੀ ਵਾਹ 2100 ਹੋ ਗਿਆ ਰਿੰਕੂ ਜਿਤਾਉਂਦਾ ਤੇ 2100 ਹੋ ਗਿਆ 2100 ਹੋ ਗਿਆ ਉਧਰ ਧਰਮਪਾਲ ਮਿਸਤਰੀ ਕਹਿੰਦਾ ਜੇ ਮੱਲੇ ਵਾਲੀ ਦੀ ਟੀਮ ਰਿੰਕੂ ਜਿਤਾਉਂਦਾ ਤੇ ਆਪਾਂ ਮਿੱਤਰੋ 2100 ਦੇ ਜਾਵੇ ਇੱਕ ਤਾੜੀ ਮਾਰੋ ਯਾਰ ਐਂਡ ਗੱਲਬਾਤ ਜਿਹੜੀ ਵੱਡੀ ਆ ਤੇ ਪੱਠੇ ਵੱਢਦਾ ਵੀ ਜੀ ਨਹੀਂ ਲੱਗਦਾ ਲਾਵੀ ਪੱਠੇ ਵੱਢ 10 ਘੰਟੇ ਵਾਲੀ ਮੈਨੂੰ ਲੱਗਦਾ ਪੂਰੀ ਹੋ ਗਈ ਹੈ ਤੇ ਹੁਣ ਆਇਆ ਸਾਡਾ ਭਰਾ ਕਹਿੰਦੇ ਮੈਂ ਚੋਟੀ ਦਾ ਪਹਿਲੇ ਸੈਮੀ ਫਾਈਨਲ ਦੀ ਟੱਕਰ ਆ ਦੇਖੋ ਬੋਲਦੇ ਨੇ ਵੀਰੇ ਇੱਕ ਮਿੰਟ ਵੇਟ ਕਰੋ ਭਰਾ ਹੁਣ ਇੱਕ ਲਾਉਣਾ ਬਾਈ ਫੋਨ ਮੈਂ ਉਧਰ ਬਣ ਜਾਣਾ ਵੀ ਲਾਵੀ ਢਾਲੀ ਮਹਿਤਾ ਵਾਲਿਆ ਇਹ ਮੈਚ ਸੈਮੀ ਫਾਈਨਲ ਆ ਜੇ ਇੱਥੋਂ ਜਿਤਾਵੇ ਤੇ ਸਿੱਧੀ ਫਾਈਨਲ ਦੀ ਟਿਕਟ ਮਿਲਦੀ ਆ ਵੀ ਐਵੇਂ ਨਹੀਂ ਹੈ ਬਾਰ ਬਹੁਤਾ ਪੈਸਿਆਂ ਦਾ ਕਰੀਏ ਤੇ ਬੋਲੀਏ ਨਾ ਬੋਲ ਮੰਦਾ ਰੱਬ ਕੋਲੋਂ ਡਰੀਏ ਵੀ ਮੂੰਹੋਂ ਡਿੱਗਣੀ ਗੱਲ ਹੈ ਤਾਂ ਮੂੰਹ ਵਿੱਚ ਪੈਂਦੀ ਹੈ ਤੇ ਜਦੋਂ ਬੰਦਾ ਪੈਰ ਛੱਡ ਜਾਵੇ ਤੇ ਗੁੱਡੀ ਚੜੀ ਅਸਮਾਨੋਂ ਉਹ ਡਿੱਗ ਪੈਂਦੀ ਹੈ ਵੀ ਜਦੋਂ ਬੰਦਾ ਪੈਰ ਛੱਡ ਜਾਵੇ ਗੁੱਡੀ ਚੜੀ ਅਸਮਾਨੋਂ ਉਹ ਡਿੱਗ ਪੈਂਦੀ ਹੈ ਲਾਵੀ ਪਾਚੀ ਰਿੰਕੂ ਦਾ ਸਾਥ ਦੇਣਾ ਪੈਣਾ ਹੈ ਹੁਣ ਕਹਿ ਦੇ ਸੁਖੀ ਨੂੰ ਸਮਝਾ ਦੇ ਪਿੰਕੀ ਨੂੰ ਜਾਂ ਫਿਰ ਨੈਟ ਮੈਨ ਸ਼ਿੰਦੇ ਨੂੰ ਕਹਿ ਦੇ ਵੀ ਹੁਣ ਪਿੰਕੀ ਦਾ ਸਾਥ ਦੇਣਾ ਪੈਣਾ ਰਿੰਕੂ ਦਾ ਮੈਚ ਜਿੱਤਣਾ ਤੇ ਗੱਲਾਂ ਫੇਰ ਆਓ ਕਦੇ ਟਿਕਾਣੇ ਲੱਗਣੀਆਂ ਵੀ ਮੱਝ ਰਿੰਗ ਦੀ ਹੁੰਦੀ ਹੈ ਤੇ ਗਾਂ ਰੱਬ ਦੀ ਹੁੰਦੀ ਆ ਉਹ ਘੋੜੀ ਥੱਕਦੀ ਨਹੀਂ ਹੁੰਦੀ ਘੋੜੀ ਹੱਬਦੀ ਹੁੰਦੀ ਹੈ ਬਲਦਾਂ ਨੂੰ ਤੋੜਦੇ ਨਹੀਂ ਹੁੰਦੇ ਸਾਡੇ ਹੁੰਦੇ ਹੁੰਦੇ ਆ
पानी जल भी हुंदा है, नीर भी हुंदा है, ते जलवा भी हुंदा है। तुहाडे होऊगा स्पाइडरमैन वी साडे हरी सिंह दलवा हुंदा, तुहाडे होऊगा स्पाइडरमैन। हां जी मनप्रीत भाई, कमाल जड़ी हुई पई है खेड़दे मैदान अंदर। रिंकू साडा भरा कहिंदा बनायक कदे दुबई वाला, जे बल्ले वाली टीम जितदी आ ते आपां 1100 दे नाल सम्मान कर देंगे। रिंकू साडा वीर कहिंदा दुबई वाला बनायक साडा वीर है, लाड़ी सुंदिया उधर भरा हुड़ी मान करदे आ, गल्लां लाउणियां पैणियां टिकाणे ते यार मित्र बल आए। बल्ले 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 तगड़ी पाड़ राइफल बागी, बचना पैणा पाला कप्पा ए तो बचना पैणा जिवें हुणे हुण मारी आ ना। एडू बालीवाल दी भाषा च लंगड़ी कहंदे आ, ए मनप्रीत ने अज दस्या वी एडू बालीवाल दी भाषा च लंगड़ी कहंदे आ। लाओ सामने कहंदे मैं चोटी दा खेडा जा रहा है, लै भाई यार कोई जिंदे जे कोई हारे ये मैच का स्वाद आ रहा है, एक ताड़ी मारो यार सच्चे दिलो। बाकी कहते हो वड़ा फर्क पै गया उधर, रिंकू भी दुबई वाला तकदा ते वड़े मान होंगे पिंड दी टीम दे जे जित दी आ ते आओ जहाज ने ट्राई कीती पर सफल नहीं होया। आपां देखदे खेड़दे मैदान अंदर एंड दुबई वाले दी गल्लां बातां जिहड़ियां आओ जारी है। नारे देश सानू देवे रोजगार ते असीं बाहर नूं क्यों जाइए, आओ साडा देश सानू देवे रोजगार आओ असीं बाहर नूं क्यों जाइए। एंड सारे मसले आओ जिहड़े रोटी दे है, ਵਾਕੇ ਕਹਿੰਦੇ ਸਾਰੇ ਮਸਲੇ ਕਹਿੰਦੇ ਰੋਜ਼ਗਾਰਾਂ ਦੇ ਆ ਵੀ ਭਰਾ ਕਹਿੰਦੇ ਬੇਸ਼ੱਕ ਕਹਿੰਦੇ ਆਪਣਾ ਵਤਨ ਛੱਡ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਵਸ ਗਿਆ ਕਹਿੰਦੇ ਢਿੱਡ ਦੇ ਲਈ ਆਪਾਂ ਕਹਿ ਦਈਏ ਰੋਜ਼ਗਾਰ ਦੇ ਲਈ ਹੈ, ਪਰ ਅੱਜ ਵੀ ਕਹਿੰਦੇ ਦਿਲਾਂ ਦੇ ਵਿੱਚ ਪਿੰਡ ਵਸਿਆ ਹੋਇਆ ਹੈ, ਪਿਆਰ ਕਰਦੇ ਆ ਉੱਥੇ ਦਸਾਂ ਨੂਹਾਂ ਦੀ ਕਿਰਤ ਕਰਦੇ ਆ ਤੇ ਉਸ ਕਿਰਤ ਦੇ ਵਿੱਚੋਂ ਥੋੜਾ ਜਿਹਾ ਹਿੱਸਾ ਕਹਿੰਦੇ ਪਿੰਡਾਂ ਵਾਸਤੇ ਵੀ ਭੇਜਦੇ ਆ। ਬਹੁਤ ਵੱਡਾ ਧੰਨਵਾਦ ਆ। ਤੇ ਉੱਧਰ ਸਾਡਾ ਵੀਰ ਕਹਿੰਦਾ ਸੂਰਜ ਵੀ ਜਿੰਦੇ ਪੀਰੇ ਕਹੇਗਾ ਹਰ ਇੱਕ ਚੀਜ਼ ਅਵੇਲੇਬਲ ਹੋਊਗੀ, ਪਰ ਮੈਚ ਤਾਵੇ ਗੱਲ ਫੇਰਾ ਜਾਂ ਕਰੇ ਜਹਾਜ ਨੂੰ ਉਹ ਜ਼ੋਰ ਬੜਾ ਲੱਗਿਆ ਦੋਨੇ ਟੀਮਾਂ ਦੇ ਖਿਡਾਰੀਆਂ ਦਾ ਵੀ ਕਰਦੇ ਹੋਣ ਸਿਆਣੇ ਗੱਲਾਂ ਤੇ ਕਦੇ ਵੀ ਕੱਟੀਏ ਨਾ ਜੇ ਪੈ ਜਾਵੇ ਲੋੜੀ ਯਾਰਾਂ ਨੂੰ ਤੇ ਪਾਸਾ ਵੱਟੀਏ ਨਾ ਵੀ ਘਰ ਵਾਲੀ ਦਾ ਪਿਆਰ ਕਦੇ ਨਾ ਵੰਡੀਏ। ਧੀਆਂ ਭੈਣਾਂ ਸਾਂਝੀਆਂ मेरे हिसाब नाल एक ने बी अठ है जा सत अठ है भी एक जेडे नंबर ने आओ बल्ले वाली टीम दे ते पंडारी दी टीम दे नंबर अठ ते भाभी रणजीत कौर हैड़ी किसे नालों घट है लाड़ी मुंडरा मैच दा आओ लग्या कहिंदे चोटी दा खेड़दे ग्राउंड दे विच एक ते अठ दी टक्कर है हुण नंबर दूसरा आओ कौन जोड़दा सिद्धू ने एवरेज नहीं है सिद्धू गलबात हुण तेरे ते फड़ गई है ओबी जमी बाल है आओ फड़नी पैणी है पर सामने सर भी जड़ी चेंज हो गई है अठ ते कहिंदे एक उधर साडा वीर कहिंदा रिंकू बनाएगा दुबई दे विच जा वसिया जे
ਪਿੰਡ ਵਾਲੇ ਮੁੰਡੇ ਜਿੱਤਦੇ ਆ ਤੇ ਆਪਾਂ 1100 ਦੇ ਨਾਲ ਸਨਮਾਨ ਕਰ ਦਿਆਂਗੇ ਜੀਤ ਜੋਸ਼ਨ ਸਾਡਾ ਵੀਰ ਕਹਿੰਦੇ ਆ ਆਸਟ੍ਰੇਲੀਆ ਵਾਲਾ ਆਓ ਭਰਾ ਕਹਿੰਦਾ ਵੀ ਆਪਾਂ ਪਹਿਲਾ ਪ੍ਰਾਈਜ਼ ਦੇ ਦਿਆਂਗੇ ਰਿੰਕੂ ਵਿਨਾਇਕ ਸਾਡਾ ਵੀਰ ਹੈ ਉਹਨਾਂ ਵੱਲੋਂ ਸੈਕਿੰਡ ਜਿਹੜਾ ਪ੍ਰਾਈਜ਼ ਸਪੌਂਸਰ ਕੀਤਾ ਗਿਆ ਹੈ ਤੇ ਨਾਲ ਸਾਡੇ ਵੀਰ ਨੇ ਕਹਿੰਦੇ ਸੂਰਜ ਬਰੋਕ ਹੈ ਤੇ ਨਾਲ ਅਨਿਲ ਬਰੋਕ ਹੈ ਉਹਨਾਂ ਭਰਾਵਾਂ ਵੱਲੋਂ ਆਦੇ ਖੇਡ ਮੇਲੇ ਦਾ ਤੀਸਰਾ ਤੇ ਚੌਥਾ ਪ੍ਰਾਈਜ਼ ਦਿੱਤਾ ਜਾਣਾ ਹੈ मान सम्मान लाई रिंकू आ मैच फाइनल जोर बड़ा लग्या हुआ टीमां खिलाड़ियों का अगला नंबर हुण आओ मित्रों कौन जोड़दा सेंटर च बागड़ी है चर्चे कहते दूर दराजे होंगे है जो मुंडा कहते महाराष्ट्र एमपी गुजरात खेल जाते हैं लोकी कहते हैं हरियाणे वाले है जो बनिया मेरा हरियाणा नंबर डोबा हूं भले भले कौन जोड़ा लवी मंगाले आलिया कर गल मुंडिया मैं छोटी है वाक मैं जरा छोटी का फिर फर्क जेडे वे फिर गल बन जावे इनू फतेहाबाद तो सद्या रिंकू ओनू कह दे भी गलबात जिहड़ी टिकाने लाउणी पैणी है आओ गलबात आओ जिहड़ी टिकाने लाउणी पैणी है फिर जाके गल जी बननी है पर सामने देखांगे गलबात किहो जी रहनी है कि फोका वादा नहीं करीदा एवें तारा तारे तोड़न दा ते छाती दे विच दम रखो लोको भाजिया मोड़न दा आओ छाती दे विच दम रखो लोको भाजिया मोड़न दा लै जी रिंकू भाजी जिहड़ी मोड़नी पैनी है गलबात जिहड़ी टिकाने लाउणी पैनी है दोवें डिफेंस ते आ गईआं टीमां पर सामने आ नहीं मंदा जिहड़ा आल इंडिया खेलदा है जिहड़ा दूर दराडे खेलदा है चर्चा दा विशा बनिया होया है बाबा दीप सिंह स्पोर्ट्स क्लब आओ परिहारी टीम दा वड्डा हिस्सा है एक बागड़िया राजपाल है ते कमाल जिहड़ी बड़ी करदा है ते अज मल्ले वाले पिंड दे विच वड़ियां रौनकां लगियां होईआं ते कमाल जिहड़ी होई पई है बल्ले 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 ते मिस्त्री कहिंदा लावी शक्ति नंबर जोड़े चाहते मैं आप 100 तेनू दे देंगे जे राजपाल ने गोटा के बाल खड़ी करता है ती 100 दे देंगे पर सामने गलती कहते वड्डी हो गई है साइडा जिहड़ियां मित्रों कहते चेंज है खेड के ग्राउंड के 9 ते एक की टक्कर है 9 ते एक की टक्कर है लावी रिंकू अद्धा पिंड आया बैठा अद्धा लाइव तंगी आंदा ते हुण कह दे समझा दे नाल दे साथियों नूं वी एदा नहीं इहनां नूं एवें काबू करना पैणा उधर केवल भरा साडा कहिंदा उह रिंकू इत्थों मैच लाउंदा है 500 अपना भी ऐड करते हुण इत्थों रिंकू मैच पड़दा ते फिर 500 केवल साडे भरा दे लोक होणे आ पर गलबात जिहड़ी मैनूं औखी दिसदी है केला गलबात जिहड़ी औखी दिसदी है पर हो कुछ भी सकदा है हाले तीर कमान दे विच है हाले गोल कमान दे विच है हाले यार मैदान दे विच है कुछ भी हो सकदा है गल्लां बातां सारियां समें दीआं होणगीआं ऐण कुछ भी हो सकदा है जिवें पोसे वाला कहिंदा हुंदा सी ना भी गल्लां बातां
ਪਰੇ ਦੀਆਂ ਵਾਕੇ ਕਦੇ ਕਿਤੇ ਗੱਲਾਂ ਹੋਈਆਂ ਮੂਸੇ ਵਾਲੇ ਜੱਟ ਦੀਆਂ ਆਓ ਕੋਈ ਫੈਨ ਕਹਿੰਦੇ ਦੁਨੀਆਂ ਆਓ ਸਾਹਮਣੇ ਮਿੱਤਰੋ ਮੈਚ ਜਿਹੜਾ ਵੀ ਚੋਟੀ ਦਾ ਖਿਡਾਇਆ ਜਾ ਰਿਹਾ ਵੀ ਜਿਹੜੇ ਰਨਾਂ ਦੇ ਸੀ ਲੱਕ ਮਿਣਦੇ ਉਹ ਅਸਲੇ ਤੇ ਗੋਲ ਲਾਦੇ ਨੀ ਆ ਤੇਰੇ ਬੋਬੇ ਬੁੱਬੇ ਵਾਲੇ ਜੱਟੀ ਹੋਈ ਹੈ ਆਓ ਮੂਸੇ ਪਿੰਡ ਹੈ ਆਉਣ ਲਾਦੇ ਮੈਂ ਚੋਟੀ ਦਾ ਕਿਤੇ ਸੂਧੋ ਦੇ ਚਰਚੇ ਸੀਗੇ ਆਓ ਸੰਧਿਆ ਤੈਨੂੰ ਸੱਪ ਲੜ ਜੇ ਪਤੰਦਰਾ ਪਿੰਡ ਵਾਲੇ ਕਹਿੰਦੇ ਹੋਣਗੇ ਤੂੰ ਗਲਤੀ ਤੇ ਗਲਤੀ ਗੁੱਡੀ ਆਉਣਾ ਤੇ ਤੈਨੂੰ ਦਮੋਹਾ ਲੜਨਾ ਵੀ ਗੱਲ ਸੱਚੀ ਹੈ ਪਿੰਡ ਵਾਲੇ ਕਹਿੰਦੇ ਹੈ ਪਰ ਸਾਹਮਣੇ ਗਲਤੀਆਂ ਨੂੰ ਸੁਧਾਰਨ ਦਾ ਹਲੇ ਮੌਕਾ ਹੈ ਤੇ ਗੱਲਬਾਤ ਫੇਰ ਬਣ ਜਾਣੀ ਹੈ ਤੇ ਸਾਹਮਣੇ ਦੇਖਾਂਗੇ ਸਰਵਿਸ ਜਿਹੜੀ ਜੇ ਹੋਊਗੀ ਇਸ ਸਮੇਂ ਖੇਡ ਦੇ ਮੈਦਾਨ ਉੱਤੇ ਹਾਲੇ ਵੀ ਖਿੰਡੇ ਬੋਰ ਜਿੰਦਗੀ ਬੱਲਿਆ ਮੁਕਾਮ ਇੱਥੇ ਸ਼ਕਲਾਂ ਨਹੀਂ ਦੇਂਦੀਆਂ ਬੱਲਿਆ ਮੁਕਾਮ ਇੱਥੇ ਸ਼ਕਲਾਂ ਨਹੀਂ ਦੇਂਦੀਆਂ ਲਓ ਸਾਹਮਣੇ ਦੇਖਾਂਗੇ ਹੁਣ ਮੁਕਾਮ ਕਿਹਨੇ ਪਾਉਣੇ ਗੱਲਾਂ ਬਾਤਾਂ ਆਓ ਸਾਰੀਆਂ ਸਮੇਂ ਦੀਆਂ ਅਮਨ ਐਨ ਪੱਬਾ ਭਰ ਹੋਇਆ ਫਿਰਦਾ ਦੇਸ਼ ਆਪਣੇ ਆਓ ਕਮਾਲ ਹੋ ਗਈ ਦੁਨੀਆ ਦਿਆਲ ਹੋ ਗਈ ਜ਼ੋਰ ਨਾਲ ਤੇ ਕਦੇ ਦਿਮਾਗ ਨਾਲ ਵਾਕਿਆ ਫਾਦਰ ਸਾਹਿਬ ਵੀ ਖੜੇ ਸ਼ਿੰਦਾ ਦੇ ਤੇ ਫਿਰ ਝਾੜੇ ਸੁੱਕੇ ਇੱਥੇ ਹੀ ਵੱਜਣੇ ਵੀ ਲੱਕੀ ਗੱਲ ਹੈ ਮੈਚ ਇੱਕ ਪਾਸੇ ਜਿੱਤ ਹਰ ਇੱਕ ਪਾਸੇ ਅੰਕਲ ਜੀ ਵੀ ਬੈਠੇ ਵੱਡਾ ਧੰਨਵਾਦ ਹੈ ਲਓ ਸਾਹਮਣੇ ਖੇਡ ਦੇ ਮੈਦਾਨ ਅੰਦਰ ਮੱਲੇ ਵਾਲੀ ਸ਼ਿੰਦਾ ਕਰਦਾ ਟਰਾਈਆਂ ਪਰ ਗੱਲਾਂ ਬਾਤਾਂ ਜਿਹੜੀਆਂ ਅੱਜ ਲੋਟ ਨਹੀਂ ਆ ਰਹੀਆਂ ਲੈਣ ਪਿੰਡ ਜਿਹੜੀ ਆਓ ਖਰਾਬ ਚੱਲ ਰਹੀ ਹੈ ਮੇਰੇ ਹਿਸਾਬ ਦੇ ਨਾਲ ਲਓ ਖੇਡ ਦੇ ਮੈਦਾਨ ਅੰਦਰ ਆਓ ਸ਼ਕਤੀ ਕਰਦਾ ਟਰਾਈਆਂ ਬੱਲੇ ਬੱਲੇ ਆਓ ਬੱਲੇ ਆਓ ਪਾਚੀ ਆ ਗਿਆ ਤੇ ਰੀਕੂ ਮੇਰਿਆ ਫਿਰਦਾ ਹੈ ਕਹਿੰਦਾ ਮੈਨੂੰ ਛੱਡੋ ਖੁੱਲਾ ਤੇ ਰੀਕੂ ਨੂੰ ਪਿੰਡ ਵਾਲੇ ਕਹਿੰਦੇ ਹੈ ਵੀ ਤੈਨੂੰ ਰੋਕਿਆ ਕਿੰਨੇ ਸਾਨੂੰ ਦੱਸ ਤੇ ਸਹੀ ਮੈਚ ਇੱਕ ਪਾਸੇ ਕਰਦੇ ਫੇਰ ਗੱਲ ਬਣਨੀ ਹੈ ਪਰ ਪਨਿਹਾਰੀ ਵਾਲਾ ਆਓ ਸਾਹਮਣੇ ਕਹਿੰਦੇ ਕਮਾਲ ਕਰ ਗਿਆ ਖੇਡਦੇ ਗਰਾਊਂਡ ਦੇ ਵਿੱਚ ਮੁੰਡਾ ਕਹਿੰਦੇ ਮਹੀਆਂ ਦਾ ਛਾਇਆ ਹੋਇਆ ਨੰਬਰ ਇੱਕ ਹੋਰ ਆਪਣੀ ਟੀਮ ਦੇ ਲਈ ਜੋੜ ਗਿਆ ਲਓ ਦੱਸੋ ਜੀ ਕਿੰਨੇ ਕਿੰਨੇ ਹੋ ਗਿਆ ਪੁਆਇੰਟ ਵਾਹ ਤੇਰੇ ਤੂੰ ਨਾ ਵਧਾਈ ਉਧਰ ਇੱਕ ਜਦੋਂ ਮੈਚ ਸਟਾਰਟ ਹੋਇਆ ਉਦੋਂ ਹੀ ਪੁੱਛਣ ਲੱਗਿਆ ਇੱਧਰ ਇੱਕ ਹੀ ਰੱਖਿਆ ਨਾ ਆਓ ਜੀ ਅਗਲੀਆਂ ਟੀਮਾਂ ਕਹਿੰਦੇ ਬਠਿੰਡੇ ਵਾਲੇ ਮੁੰਡੇ ਬਠਿੰਡਾ ਤੇ ਤਲਵੰਡੀ ਦਾ ਮੈਚ ਜਿਹੜਾ ਖੇਡਿਆ ਜਾਣਾ ਹੈ ਇਹ ਖਿਡਾਰੀ ਕਹਿੰਦੇ ਭਰਾ ਬਣ ਕੇ ਗਰਾਊਂਡ ਦੇ ਨੇੜੇ ਆਉਣਗੇ ਲਾਓ ਸਾਹਮਣੇ ਕਹਿੰਦੇ ਇੱਕ ਤੇ ਗਿਆਰਾਂ ਦੀ ਆ ਜਿਹੜੀ ਟੱਕਰ ਖੇਡੀ ਆ ਰਹੀ ਆ ਤੇ ਨੰਬਰ ਹੁਣ ਦੂਸਰਾ ਆਓ ਤੱਕਦੇ ਕਿਹਨੇ ਜੋੜਨਾ ਵੀ ਇੱਕ ਤੇ ਇੱਕ ਦੋ ਹੁੰਦੇ ਆ ਤੇ ਇੱਕ ਤੇ ਇੱਕ ਗਿਆਰਾਂ ਦੀ ਆਓ ਮਹਿਫਲ ਕਦੇ ਜੱਚਦੀ ਨਹੀਂ ਵਿਗੜੇ ਹੋਏ ਯਾਰਾਂ ਦੀ ਤੇ ਠਰਕੀ ਨੀ ਚੰਗਾ ਲੱਗਦਾ ਸਵਾਦੂ ਜੋ ਤੀਆਂ ਦਾ ਤੇ ਬਹੁਤੇ ਚਿਰ ਘਰ ਨੀ ਭਰ ਸਕਦਾ ਆਓ ਢਿੱਡ ਦੇ ਜੀਆਂ ਦਾ ਤੇ ਰੱਖ ਕੇ ਬਡੇਰੇ ਤੇ ਕਸੀ ਦਾ ਨੀ ਮੱਝਾਂ ਬਈ ਹੈ ਤੇ ਚੱਕਵੇ ਦੇ ਬੰਦੇ ਤੋਂ ਵੱਡਿਆ ਪਾਸਾ ਹੀ ਚੰਗਾ ਬਈ ਹੈ ਚੱਕਵੇ ਦੇ ਬੰਦੇ ਤੋਂ ਵੱਡਿਆ ਪਾਸਾ ਹੀ ਚੰਗਾ ਬਈ ਹੈ ਲਾਓ ਸਾਹਮਣੇ ਗਿਆਰਾਂ ਤੇ ਇੱਕ ਦੀ ਟੱਕਰ ਆ ਨੰਬਰ 12ਵਾਂ ਹੁਣ ਮਿੱਤਰੋ ਕੌਣ ਜੋੜਦਾ ਜਾਂ ਫੇਰ ਦੁਬਾਰੇ ਤੋਂ ਆਓ ਸਰਵਿਸ ਕਹਿੰਦੇ ਚੇਂਜ ਹੁੰਦੀ ਆ ਇਹ ਤਾਂ ਗੱਲਾਂ ਬਾਤਾਂ ਜਿਹੜੀਆਂ ਸਮੇਂ ਤੇ ਢੁਕਦੀਆਂ ਪਰ ਇਹ ਤੋਂ ਬਚਣਾ ਪੈਣਾ ਵੀ ਸ਼ੈ ਫੁੱਟਵੋ ਲਾਗੋ ਠਾਡੋ ਆਓ ਛੈਲਗਾ ਫਰੂ ਛੋਰੋ ਹੈ ਹਰਿਆਣਾ ਪੰਜਾਬ ਮਹਾਰਾਸ਼ਟਰ ਤੱਕ ਚਰਚਾ ਜੀ ਹੋ ਰਿਹਾ ਮਿਹਨਤ ਕਰਾ ਸਾਰਿਆਂ ਨੇ ਤਾੜੀਆਂ ਮਾਰੀਆਂ ਜਿਹੜੇ ਵਾਲੇ ਵਿਚਾਰੇ ਡਿਫੈਂਸਰ ਹੈ ਇਹ ਡਿੱਗ ਡਿੱਗ ਯਾਰ ਬਾਲਾਂ ਮੋੜਦੇ ਹੈ ਕੋਈ ਡਿੱਗ ਡਿੱਗ ਬਾਲਾਂ ਮਾਰਦੇ ਤੇ ਤਾੜੀ ਯਾਰ ਇਹਨਾਂ ਡਿਫੈਂਸਰਾਂ ਵਾਲਾ ਹੀ ਨੀ ਮਾਰੋ ਯਾਰ ਲਾਓ ਸਾਹਮਣੇ ਕਦੇ ਮੈਚ ਚੁੱਕੇਗਾ
ਆਓ ਸਾਹਮਣੇ ਉਧਰ ਕਬੱਡੀ ਦੇ ਕੋਚ ਆ ਵੀ ਆਇਆ ਹੋਇਆ ਇਹ ਕਹਿੰਦਾ ਵੀ ਹੁਣ ਨੰਬਰ ਜੋੜ ਦੇ ਰਿਹਾ ਆਓ ਮੁੰਡਿਆਂ ਨੇ ਕਹਿੰਦੇ ਇੱਕ ਤੋੜਦਾ ਫਿਰ ਦੇ ਗਰਾਊਂਡ ਦੇ ਵਿੱਚ ਮੈਚ ਆਓ ਮਿੱਤਰੋ ਕਹਿੰਦੇ ਚੋਟੀ ਦਾ ਵੀ ਸੋਮਨਾਥ ਦਾ ਮੰਦਰ ਜੇ ਕਿਤੇ ਗਜਣੀ ਨੁਕਵਾਣਾ ਤੇ ਟੋਬਰੀਆਂ ਦੀ ਸ਼ਾਹ ਤੇ ਲਾਟ ਦੇ ਹੀਰਾ ਘੁੱਟਦਾ ਨਾ ਵੀ ਲਾਹੌਰ ਤੇ ਅੱਖਾਂ ਹੁੰਦੀਆਂ ਉਹਨਾਂ ਦੇ ਆਲ ਗਵਾਲ ਦੀਆਂ ਉਹ ਸਾਡੇ ਗੋਰੇ ਪਾਉਂਦੇ ਪੱਖੇ सामने तारियां जड़िया बजियां पर गल जड़ी बनी नहीं बल्ले आई भी पूरे खुश है ਇਸ ਸੌਗੀ ਤੇ ਬਾਲੜੀ ਟਾਵੀ ਟਾਵੀ ਲੱਗਦੀ ਹੈ ਤੇ ਰਿੰਕੂ ਨੇ ਅੱਜ ਬਾਲੜੀ ਲਾ ਦਿੱਤੀ ਹੈ ਤੇ ਉਸ ਤੋਂ ਬਾਅਦ ਨੰਬਰ ਜਿਹੜੇ ਦੋ ਹੋਰ ਹੋਰ ਦਿੱਤੇ ਹੈ ਲਓ ਕਮਾਲ ਹੋ ਗਈ ਹੈ ਹਾਂਜੀ ਹੱਕੀ ਜੀ ਤੇ ਉਧਰ ਸੇਖੀ ਸਾਡਾ ਭਰਾ ਕਹਿੰਦਾ ਜੇ ਰਿੰਕੂ ਇੱਕ ਨੰਬਰ ਹੋਰ ਜੋੜੇ ਤੇ ਆਪਾਂ ਕਹਿੰਦੇ 200 ਦੇ ਦਿਆਂਗੇ ਤੇ 500 ਸਾਡਾ ਵੀਰ ਕੇਵਲ ਕਹਿੰਦਾ ਇਹ ਮੱਲੇ ਵਾਲੇ ਮੁੰਡੇ ਜਿੱਤਦੇ ਆ ਤੇ 7100 ਰੁਪਇਆ ਕਹਿੰਦਾ ਸਾਡਾ ਭਰਾ ਆਓ ਧਰਮਪਾਲ ਮਿਸਤਰੀ ਇਹ ਟੀਮ ਜਿੱਤ ਲਈ ਆ ਤੇ ਆਪਾਂ ਪਹਿਲਾ ਪ੍ਰਾਈਜ਼ ਜਿੰਦਾ ਨਾ ਉਹਦੇ ਪੈਸੇ ਦੇ ਜਾਵੇ ਆਓ ਮਿੱਤਰੋ ਕਹਿੰਦੇ ਸਕੀਮ ਜਿਹੜੀ ਵੱਡੀ ਆ ਉਧਰ ਧਰਮਪਾਲ ਮਿਸਤਰੀ ਆ ਐਂ ਨੀ ਕਹਿੰਦੇ ਟੋਕਰੇ ਜਿੱਦਾਂ ਬੋਲਾ ਹੀ ਆਰਦਾ ਲਾਓ ਸਾਹਮਣੇ ਮੈਚ ਚੋਟੀ ਆ ਨੰਬਰ ਹੋਣ ਅਗਲਾ ਆਓ ਮਿੱਤਰੋ ਕਹਿੰਦੇ ਕੌਣ ਜੋੜਦਾ ਫਿਰ ਦੇ ਗਰਾਊਂਡ ਦੇ ਵਿੱਚ ਵੀ ਗਿਰੀ ਰੇੜੀ ਪੈਸੇ ਅੱਡੇ ਵਿੱਚ ਖੜ ਕੇ ਤੇ ਹੱਥ ਨਹੀਂ ਛੱਡੀ ਦੇ ਫੋਟੋ ਉੱਤੇ ਚੜ ਕੇ ਤੇ ਪੌੜੇ ਮਹੀਨੇ ਨਹੀਂ ਪਾਣੀ ਚ ਤਰੀਦਾ ਸੀ ਪੇਪਰਾਂ ਦੇ ਵੇੜੇ ਨਹੀਂ ਇਸ਼ਕ ਕਰੀਦਾ ਬਾਈ ਪੇਪਰਾਂ ਦੇ ਵੇੜੇ ਨਹੀਂ ਇਸ਼ਕ ਕਰੀਦਾ ਵੀ ਫੇਲ ਹੋ ਜੇ ਬਾਣੀਆਂ ਜੋ ਕਰੇ ਆਸ਼ਕੀ ਤੇ ਬਵੇ ਨਾ ਹੱਟ ਤੇ ਦਾਰੂ ਪੀ ਕੇ ਸੋਦਾ ਜੋ ਵਪਾਰੀ ਕਰਦੇ ਉਹ ਕਦੇ ਨਹੀਂ ਪੱਟਦੇ ਤੇ ਪੜੋਸੀਆ ਕਦੇ ਨਹੀਂ ਲਿਹਾਜ ਕਰਦਾ ਭਾਵਾਂ ਕੁੰਡੀ ਤਣ ਗਏ ਉਹ ਜੱਟ ਦੀ ਗੁੰਡੀ ਅਸਮਾਨੋਂ ਉਦੋਂ ਡਿੱਗਦੀ ਇਹ ਪੋਤਰ ਪੈਲੀ ਬਣਦੇ ਜੱਟ ਦੀ ਸਮਾਨੋਂ ਗੁੰਡੀ ਉਦੋਂ ਡਿੱਗਦੀ ਜੇ ਪੋਤਰ ਪੈਲੀ ਬਣਦੇ ਇਹ ਤੀਵੀਆਂ ਦਾ ਯਾਰ ਹੈ ਸਾਧ ਬਣਦੇ ਉਹ ਨਹੀਂ ਕਿਸੇ ਨੂੰ ਤਾਰਦਾ ਤੇ ਚੁਗਲਾਂ ਨੂੰ ਦਿਲ ਵਾਲਾ ਭੇਦ ਦੱਸਣਾ ਬਾਈ ਬੰਬੇ ਨੂੰ ਮਾਰਦਾ ਤੇ ਨਿੱਕੀ ਨਿੱਕੀ ਸੱਟ ਹੈ ਮਾਰੇ ਸੁਨਿਆਰਾ ਤੇ ਜੱਟ ਮਾਰੇ ਕੱਸ ਕੇ ਵੀ ਜੱਟ ਦੀ ਸਮਾਨੋਂ ਗੁੰਡੀ ਉਦੋਂ ਡਿੱਗਦੀ ਹੈ ਉਹ ਜੇ ਪੁੱਤ ਬੈਲੀ ਬਣਦੇ ਉਹ ਜੱਟ ਦੀ ਸਮਾਨੋਂ ਗੁੰਡੇ ਉਦੋਂ ਡਿੱਗਦੇ ਜੇ ਪੁੱਤ ਬੈਲੀ ਬਣਦੇ ਉਹ ਕਮਾਲ ਜਿਹੜੀ ਹੁੰਦੀ ਹੈ ਗਿਰਦੇ ਬਾਈ 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 ਇਹ ਮੰਨੇ ਆਈਏ ਉਹ ਸੋਚਾ ਵਿਚਾਰਾ ਬੰਨੇ 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 ਆਓ ਭਾਜੀ ਭਾਜੀ ਆਓ ਕਮਾਲ ਆਓ ਖੇਡੇ ਮੈਦਾਨ ਉੱਤਰ ਆਓ ਜਿਹੜੀ ਹੋਈ ਪਈ ਹੈ ਇੱਕ ਅੱਧੀ ਵਾਰੀ ਗੇਰ ਹੋ ਗਈ ਲੋਕੋ ਫੇਰ ਗੱਲ ਕਿੱਦਾਂ ਰਹਿਣੀ ਇੱਕ ਵਾਰ ਤਾੜੀ ਮਾਰ ਕੇ ਦੱਸੋ ਯਾਰ ਆਓ ਸਾਹਮਣੇ ਸਰਵਿਸ ਚੇਂਜ ਹੋ ਗਈ ਤੇ ਫੇਰ ਗੱਲ ਨੇੜੇ ਤੇੜੇ ਲੱਗਣੀਆਂ ਨਹੀਂ ਇਹ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਪਤਾ ਹੈ ਤੇ ਸਾਹਮਣੇ ਦੇਖਾਂਗੇ ਖੇਡਦੇ ਮੈਦਾਨ ਅੰਦਰ ਬੱਤੋ ਗੈਦ ਮੇਰੀ ਗਾਰੀ ਸਰਵਿਸ ਚੇਂਜ ਹੋ ਗਈ ਹੈ ਸਰਵਿਸ ਜਿਹੜੀ ਚੇਂਜ ਹੋ ਗਈ ਹੈ ਤੇ ਸਾਰਾ ਮੱਲੇ ਵਾਲਾ ਆਹ ਜਿਹੜਾ ਰਿੰਕੂ ਦੇ ਆਲੇ ਦੁਆਲੇ ਇਕੱਠਾ ਹੋ ਗਿਆ ਤੇ ਸਲਾਹ ਮਸ਼ਵਰੇ ਜਿਹੜੇ 4 ਤੇ 12 ਜੀ 13 ਸਾਹਮਣੇ 4 ਤੇ ਆਓ 13 ਦੀ ਟਕਰਾ ਹਾਲੇ ਬਹੁਤ ਬੜਾ ਬਾਕੀ ਆ ਓ ਸੋਨੂ ਓਏ ਆ ਮੈਚ ਦੇ ਇਦਾਂ ਸੌਖਾ ਨਹੀਂ ਨਿਪਰਨਾ ਹਾਲੇ ਤਾਂ ਭੂਤ ਭੰਗੜੇ ਵੀ ਪੈਣਗੇ ਇਹ ਗੱਲ ਪੱਕੀ ਆ ਲਾਵੀ ਪਾਠੀ ਇਹ ਮੈਚ ਜਿੱਤਣਾ ਨਾ ਤੇ ਫੌਜੀ ਨੇ ਗਲਤੀ ਨਹੀਂ ਕਰਨੀ ਜਿਹੜਾ ਮੁੰਡਾ ਅਮਨ ਖੜਾ ਇਹਨੂੰ ਅੰਗਰੇਜ਼ੀ ਚ ਕਹਿ ਦਈਏ ਫਰੈਂਕਲਿਨ ਕਹਿੰਦੇ ਆ ਪਿਆਰ ਦੇ ਨਾਲ ਇਹਨੂੰ ਕਾਬੂ ਕਰਨਾ ਪੈਣਾ ਇਹਦਾ ਹੱਲ ਹੈ ਆਓ ਮਿੱਤਰਾਂ ਕਦੇ ਲੱਭਣਾ ਪੈਣਾ ਗੱਲਬਾਤ ਕਹਿੰਦੇ ਫੇਰ ਟਿਕਾਣੇ ਲੱਗਦੀਆਂ ਪਰ ਸਾਹਮਣੇ ਨੰਬਰ 14
ਲੱਗ ਗਿਆ ਤੇ ਤਿੰਨ ਕ ਨੰਬਰਾਂ ਲਈ ਘਾਰੀ ਜਿਹੜੀ ਉਹ ਬਾਕੀ ਰਹਿ ਗਈ ਹੈ ਪਹਿਲਾ ਸੈਮੀ ਫਾਈਨਲ ਹੈ ਜਿਹੜੀ ਟੀਮ ਜਿੱਤ ਗਈ ਹੁਣ ਇਹ ਫਾਈਨਲ 'ਚ ਪ੍ਰਵੇਸ਼ ਕਰ ਜਾਣਾ ਤੇ ਫਿਰ ਮਿੱਤਰੋ ਇੱਕ ਪ੍ਰਾਈਜ਼ ਦੇ ਹੱਕਦਾਰ ਬਣ ਜਾਣੀ ਹੈ ਪਰ ਸਾਹਮਣੇ ਪੰਦਰਾਂ ਤੇ ਗੌਤੀ ਕਹਿੰਦੇ ਆਓ ਮੁੰਡੇ ਕਰੀ ਹੁੰਦੀ ਆ ਲਾ ਬਈ ਪੱਠੇ ਵੱਡ ਸਮਝਾ ਦੇ ਮੁੰਡਿਆਂ ਨੂੰ ਉਧਰ ਕੇਵਲ ਸਾਡਾ ਭਰਾ ਕਹਿੰਦਾ ਜੇ ਮੱਲੇ ਵਾਲੀ ਟੀਮ ਬਰਾਦਰੀ ਦੇ ਪੁੱਜਦੀ ਹੈ ਤੇ ਫਿਰ ਆਪਾਂ ਇੱਕ ਹਜ਼ਾਰ ਦੇ ਦਾਂਗੇ ਹੁਣ ਵਿੱਕੀ ਆ ਗਿਆ ਸੈਂਟਰ ਦੇ ਵਿੱਚ ਗਲਤੀ ਕਰ ਗਿਆ ਤੇ ਪੰਦਰਵਾਂ ਲੱਗ ਗਿਆ ਮੇਰੇ ਹਿਸਾਬ ਦੇ ਨਾਲ ਲਓ ਸਾਹਮਣੇ ਸਿੰਧਿਆ ਆ ਗਲਤੀ ਦੇ ਨਾਲ ਜਿੰਨੇ ਬਠਿੰਡਾ ਤੇ ਤਲਵੰਡੀ ਵਾਲੇ ਭਰਾਵਾਂ ਨੂੰ ਮੇਰੀ ਬੇਨਤੀ ਹੈ ਤੇ ਜਿਹੜੀ ਟੀਮ ਜਿੱਤਦੀ ਹੈ ਤਾਂ ਰੈਫਰੀ ਗਰਾਊਂਡ ਵਿੱਚ ਰਵੇ ਜਿਹੜਾ ਦੂਸਰਾ ਸੈਮੀ ਫਾਈਨਲ ਕਹਿੰਦੇ ਮੈਚ ਖੇਡਿਆ ਜਾਣਾ ਮੇਰੀ ਬੇਨਤੀ ਆ ਭਰਾਵਣ ਕੇ ਉਧਰਲੇ ਪਾਸੇ ਅਮਨ ਆ ਜਿਹੜੇ ਲਾਸਟ ਨੰਬਰ ਜੋ ਰਿਹਾ ਲੈ ਬਾਈ ਯਾਰ ਕੋਈ ਜਿੱਤਿਆ ਕੋਈ ਹਾਰਿਆ ਇਹ ਵਾਕਈ ਸਵਾਦ ਆਇਆ ਇੱਕ ਤਾੜੀ ਮਾਰੋ ਯਾਰ ਦੋਵੇਂ ਟੀਮਾਂ ਦੇ ਲਈ ਯਾਰ ਰਾਜਪਾਲ ਇੱਕ ਰੈਫਰੀ ਰੱਖੀਏ ਮੈਦਾਨ ਦੇ ਵਿੱਚ ਆਪਾਂ ਤੇ ਮੈਚ ਦੀ ਸ਼ੁਰੂਆਤ ਕਰੀਏ ਦੂਜਾ ਸੈਮੀ ਜਿਹੜਾ ਖੇਡਿਆ ਜਾਣਾ ਹੈ ਬੈਟ ਫੈਂਸਰ ਵਿੱਕੀ ਬਨਿਆਰੀ ਬਾਈ ਲੈਰ ਵੀਰੇ ਜਿੱਤੇ ਹੋਈ ਟੀਮ ਦਾ ਇੱਕ ਖਿਡਾਰੀ ਆਵੇ ਭਰਾਵਣ ਕੇ